ਦਿੱਲੀ ਸ਼ਰਾਬ ਕੋਟਾਲੇ ਮਾਮਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ ਪੰਜਾਬ ਦੇ 10 ਅਫਸਰ ਕੀਤੇ ਗਏ ਤਲਬ ਪੰਜਾਬ ਦੇ ਅਫਸਰਾਂ ਤੋਂ ਸੀਬੀਆਈ ਕਰੇਗੀ ਪੁੱਛਗਿੱਛ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੋਤੀਆ ਦਾ ਨਾਮ ਵੀ ਹੈ ਸ਼ਾਮਲ ਸਸਿਆ ਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੁਸੀਂ ਜੁੜੇ ਹੋ ਇਸ ਚੈਨਲ ਦੇ ਨਾਲ ਪੰਜਾਬ ਤੋਂ ਵੱਡੀ ਖਬਰ ਲੈ ਕੇ ਸਾਹਮਣੇ ਆਇਆ ਪੰਜਾਬ ਦੇ ਵਿੱਚ ਜੋ ਇਸ ਸਮੇਂ ਦੇ ਹਾਲਾਤ ਨੇ ਉਹ ਕਾਫੀ ਗਮਗੀਨ ਹਾਲਾਤ ਨੇ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਕਾਫੀ ਚਰਚਾ ਦੇ ਵਿੱਚ ਹੈ ਜੇਕਰ ਦਿੱਲੀ ਸ਼ਰਾਬ ਕੋਟਾਲੇ ਦੇ ਮਾਮਲੇ ਦੀ ਗੱਲ ਕਰੀਏ ਤਾਂ ਦਿੱਲੀ ਸ਼ਰਾਬ ਕੋਟਾਲੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਵਿੱਚ ਕੇਂਦਰੀ ਜਾਂਚ ਬਿਊਰੋ ਨੇ सीबीआई ਨੇ ਵੱਡੀ ਕਾਰਵਾਈ ਕੀਤੀ ਆ ਇਸ ਮਾਮਲੇ ਵਿੱਚ ਪੰਜਾਬ ਦੇ ਆਪਕਾਰੀ ਤੇ ਕਰ ਵਿਭਾਗ ਦੇ 10 ਅਧਿਕਾਰੀਆਂ ਨੂੰ ਵੀ ਜਿਹੜਾ ਆ ਤਲਬ ਕੀਤਾ ਗਿਆ ਤੇ ਇਹ ਸੰਬੰਧ ਜਿਹੜੇ ਨੇ ਦਿੱਲੀ ਵਿੱਚ सीबीआई ਦੇ ਵਿਧੀਕ ਐਸਪੀ ਰਜੀਵ ਕੁਮਾਰ ਵੱਲੋਂ ਜਾਰੀ ਕੀਤੇ ਗਏ ਨੇ ਪੰਜਾਬ ਦੇ ਅਫਸਰਾਂ ਤੋਂ सीबीआई ਦੀ ਦਿੱਲੀ ਸ਼ਰਾਬ ਕੋਟਾਲਾ ਮਾਮਲੇ ਵਿੱਚ ਜਿਹੜੀ ਆ ਪੁੱਛਗਿੱਛ ਜਿਹੜੀ ਆ करेगी ਤੇ ਇਹ ਪਤਾ ਵੀ ਲਗਾਏਗੀ ਕਿ ਪੰਜਾਬ ਦੀ ਸ਼ਰਾਬ ਨੀਤੀ ਵਿੱਚ ਕੋਈ ਗੜਬੜੀ ਤਾਂ ਨਹੀਂ ਹੈ ਦਿੱਲੀ ਸ਼ਰਾਬ ਘਟਾਲਾ ਮਾਮਲੇ ਵਿੱਚ ED ਦੇ ਨਾਲ ਨਾਲ CBI ਨੇ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਹੈ ਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੁਸੋਦੀਆ ਨੂੰ ਵੀ ਕੇਸ ਵਿੱਚ ਮੁੱਖ ਮੋਲਜਨ ਜਿਹੜਾ ਆ ਬਣਾਇਆ ਹੋਇਆ ਤੇ ED ਵੱਲੋਂ ਤੇ ਸੀਬੀਆਈ ਵੱਲੋਂ ਜੋ ਮਨੀਸ਼ ਸੁਸੋਦੀਆ ਦੇ ਖਿਲਾਫ ਵੀ ਜਿਹੜੇ ਨੇ ਕੇਸ ਦਰਜ ਕੀਤੇ ਗਏ ਨੇ ਤੁਹਾਨੂੰ ਇੱਥੇ ਦੱਸ ਦਈਏ ਕਿ ਪਿਛਲੇ ਦਿਨੀ ਈਡੀ ਨੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸੁਸੋਦੀਆ ਨੂੰ ਦੀ ਜਾਇਦਾਦ ਨੂੰ ਜਿਹੜਾ ਆ ਉਹ ਕੁਰਕ ਕਰ ਲਿਆ ਸੀ ਤੇ ਇਸੇ ਕਾਰਵਾਈ ਤਹਿਤ ਈਡੀ ਨੇ ਮਨੀਸ਼ ਸੁਸੋਦੀਆ ਸਮੇਤ ਉਹਨਾਂ ਦੀ ਪਤਨੀ ਸੀਮਾ ਸਮੇਤ ਅਮਨਦੀਪ ਟੱਲ ਰਾਜੀਸ਼ ਜੋਸੀ ਗੌਤਮ ਮਲਹੋਤਰਾ ਤੇ ਕੁਝ ਹੋਰ ਜੋ 52 ਕਰੋੜ 24 ਲੱਖ ਰੁਪਏ ਦੀ ਜਿਹੜੀ ਹੈ ਜਾਇਦਾਦ ਉਹਨਾਂ ਦੀ ਜਿਹੜੀ ਹੈ कुर्ਕ ਕੀਤੀ ਗਈ ਸੀ ਤੇ ਇਸ ਕਾਰਵਾਈ ਤੋਂ ਬਾਅਦ ਇੰਜ ਜਾਪ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਵਿੱਚ ਜਿਹੜੀ ਹੈ ਉਹ ਪਹੁੰਚ ਸਕਦੀ ਹੈ ਜਿਹੜੀ ਜਾਂਚ ਹੈ ਇਹ ਪੰਜਾਬ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਸੀਬੀਆਈ ਨੇ ਪੰਜਾਬ ਦੇ 10 ਅਫਸਰਾਂ ਨੂੰ ਦਿੱਲੀ ਵਿੱਚ ਤਲਬ ਕਰ ਲਿਆ ਤੇ ਇਹਨਾਂ 10 ਅਧਿਕਾਰੀਆਂ ਨੂੰ ਸੋਮਵਾਰ ਮੰਗਲਵਾਰ ਨੂੰ ਅ ਸੀਬੀਆਈ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਆਪਣੇ ਜਿਹੜੇ ਨੇ ਬਿਆਨ ਦਰਜ ਕਰਵਾਉਣ ਦੇ ਲਈ ਵੀ ਕਿਹਾ ਗਿਆ ਆਈਪੀਸੀ ਦੀ ਧਾਰਾ 160 ਤਹਿਤ ਇਹਨਾਂ ਨੂੰ ਸੰਬੰਧ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਆਪਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵੀ ਭੇਜੇ ਗਏ ਨੇ ਤਾਨੂੰ ਦੱਸਦੀ ਹੈ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪਹਿਲਾ ਲਿਆਂਦੀ ਗਈ ਨਵੀਂ ਸ਼ਰਾਬ ਨੀਤੀ ਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ ਸੀ ਜਿਸ ਕਰਕੇ ਇਸ ਨੂੰ ਸੂਬੇ ਵਿੱਚ ਲਾਗੂ ਨਹੀਂ ਕੀਤਾ ਗਿਆ ਤੇ ਪੁਰਾਣੀ ਪਾਲਸੀ ਸੀ ਤੇ ਲਾਗੂ ਕੀਤੀ ਗਈ ਸੀ ਅਕਾਲੀ ਦਲ ਦੇ ਭਾਜਪੀ ਅਤੇ ਕਾਂਗਰਸ ਨੇ ਇਹ ਕਿਹਾ ਸੀ ਕਿ ਈਡੀ ਦੇ ਸੀਬੀਆਈ ਪੰਜਾਬ ਦੀ ਸ਼ਰਾਬ ਪਾਲਸੀ ਦੀ ਜਾਂਚ ਕਰੇਗੀ ਤੇ ਇਸ ਦੇ ਵਿੱਚ ਵੱਡੀ ਕਾਰਵਾਈ ਦੇ ਵਿੱਚ ਜੋ ਗੜਬੜੀਆਂ ਨੇ ਜਿਹੜਾ ਨਾ ਉਸ ਨੂੰ ਸਾਹਮਣੇ ਲਿਆਏਗੀ ਉੱਥੇ ਹੀ ਭਾਤਪਾ ਪਾਰ ਲੀਡਰ ਮਨਜਿੰਦਰ ਸਿੰਘ ਸਾ ਨੇ ਵੀ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਨੂੰ ਇੱਕ ਮੰਗ ਪੱਤਰ ਜਿਹੜਾ ਆ ਭੇਜਿਆ ਜਾਏਗਾ ਤੇ ਪੰਜਾਬ ਦੀ ਆਪਕਾਰੀ ਨੀਤੀ ਦੀ ਜਾਂਚ ਦੀ ਜਿਹੜੀ ਆ ਉਹਨੇ ਮੰਗ ਕੀਤੀ ਸੀ ਇਸ ਤੋਂ ਇਲਾਵਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਕੁਝ ਪਿੱਛੇ ਨਹੀਂ ਹਟੇ ਸਨ ਉਹਨਾਂ ਨੇ ਵੀ ਜਿਹੜਾ ਆ ਪੰਜਾਬ ਦੇ ਰਾਜਪਾਲ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਸੀ ਤੇ ਉਧਰ ਸੰਸਦ ਵਿੱਚ ਬੈਸ ਦੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੰਜਾਬ ਵਿੱਚ ਜੋ ਵੀ ਸ਼ਰਾਬ ਘਟਾਲੇ ਦੀ ਜਾਂਚ ਕਰਨ ਦੀ ਜੜੀ ਆ ਮੰਗੀਤੀ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਸੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਸ਼ਰਾਬ ਘਟਾਲੇ ਦੇ ਵਿੱਚ ਗੜਬੜੀ ਕੀਤੀ ਹੈ ਜਾਂ ਜਿਹੜੇ ਹਿੱਸੇਦਾਰੇ ਨੇ ਇਸ ਦੀਆਂ ਤਾਰਾਂ ਕਿੱਥੇ ਤੱਕ ਜੁੜੀਆਂ ਨੇ ਤੇ ਕੌਣ ਕੌਣ ਜਿਹੜੇ ਨੇ ਬੇਨਕਾਬ ਹੋਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਵਿਰੋਧੀ ਧਿਰਾਂ ਲਗਾਤਾਰ ਜੜੀਆਂ ਤੰਗ ਕਸਤੀਆਂ ਨਜ਼ਰ ਆ ਰਹੀਆਂ ਨੇ ਸੋ ਇਸ ਸ਼ਰਾਬ ਘਟਾਲੇ ਦੇ ਵਿੱਚ 10 ਜੋ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਉਹਨਾਂ ਦੇ ਨਾਮ ਵੀ ਜਲਦੀ ਬੜੀ ਜਲਦੀ ਨਸ਼ਰ ਹੋਣ ਦੀ ਜਿਹੜੀ ਸੰਭਾਵਨਾ ਦਿਖਾਈ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਸ਼ਰਾਬ ਦੀ ਪਾਲਿਸੀ ਦੀ ਜਾਂਚ ਵੀ ਜਿਹੜੀ ਹੋਏਗੀ ਤੇ ਵੱਡੀਆਂ-ਵੱਡੀਆਂ ਗੜਬੜੀਆਂ ਕਰਨ ਵਾਲਿਆਂ ਨੂੰ ਜੇਲ੍ਹ ਦੀ ਸਲਾਖਾਂ ਪਿੱਛੇ ਵੀ ਛੁੱਟਿਆ ਜਾ ਸਕਦਾ ਉਹਨਾਂ ਦੇ ਵਿੱਚ ਕਿੰਨੇ ਨਾਮਸ਼ਾਮਲ ਹੋਣ ਵਾਲੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਸੋ ਇਸ ਖਬਰ ਦੇ ਵਿੱਚ ਇੰਨਾ ਹੀ ਇੱਕ ਨਵੀਂ ਤੇ ਤਾਜ਼ਾ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗਾ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਸਰੀਆਕਾਰ